ਨਾਭਾ ਜੇਲ੍ਹਕਾਂਡ ਦੇ ਦੋਸ਼ੀ ਹਰਵਿੰਦਰ ਸਿੰਘ ਮਿੰਟੂ ਨੂੰ ਅੱਜ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ PGI ਰੈਫਰ ਕਰ ਦਿੱਤਾ ਹੈ। ਦੱਸਦੇ ਕਿ ਹਰਵਿੰਦਰ ਸਿੰਘ ਮਿੰਟੂ ਨੂੰ ਦਿਲ ਦੀ ਦਿੱਕਤ ਹੋਣ ਦੇ ਕਾਰਨ ਕੱਲ੍ਹ ਰਾਤ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਮੌਕੇ ਭਲੇ ਹੀ ਡਾਕਟਰ ਹਰਵਿੰਦਰ ਮਿੰਟੂ ਨੂੰ PGI ਰੈਫਰ ਕਰਨ ਦੀ ਗੱਲ ਕਹਿ ਰਹੇ ਹੋਣ, ਪਰ ਪੁਲਿਸ ਇਸ ਗੱਲ ਤੋਂ ਸਾਫ਼ ਇਨਕਾਰ ਕਰ ਰਹੀ ਹੈ। ਪਰ ਡਾਕਟਰਾਂ ਅਨੁਸਾਰ ਮਿੰਟੂ ਨੂੰ ਦਿਲ ਦੀ ਤਕਲੀਫ਼ ਹੋਣ ਦੇ ਕਾਰਨ ਰਜਿੰਦਰਾ ਹਸਪਤਾਲ ਲਿਆਂਦਾ ਗਿਆ, ਜਿਸ ਤੋਂ ਬਾਅਦ ਉਸਨੂੰ PGI ਰੈਫਰ ਕਰ ਦਿੱਤਾ ਗਿਆ। वो भी जो एक्यूट हार्ट की प्रॉब्लम होती है उसको ट्रीटमेंट किया था, उसके बाद फिर उसको पहले से रहा BP की प्रॉब्लम उसको पहले से थी, हार्ट की प्रॉब्लम भी पहले से थी। वो ट्रीटमेंट देने के बाद स्टेबलाइज करने के बाद उसको आगे PGI भेज दिया है फर्दर ट्रीटमेंट के लिए। लेबोरेटरी है टेस्ट करवा कर ब्लड प्रेशर फ्लक्चुएट हो रहा है, बाकी नॉर्मल है, कोई खतरे वाली गल नहीं। वो इतने टेस्ट कराने टेस्ट जी मशीन टेस्ट वास्ते इतने बाहर एक लैबोरेटरी दी गई है।